ਹਾਂ ਮੇਰੇ ਅਜ਼ੀਜ਼ ਦੋਸਤੋ ਕੀ ਹਾਲ ਚੱਲ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ થઈ ਹੈ ਜਿੰਦੇ ਵਿੱਚ ਇੱਕ ਲੜਕੀ ਬਿਕਨੀ ਦੇ ਵਿੱਚ ਨਮਾਜ਼ ਪੜਦੀ ਪਈ ਹੈ ਦੋਸਤੋ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਸੀ ਕਿ ਇਹ ਬਿਕਨੀ ਕੀ ਹੁੰਦੀ ਹੈ ਤੇ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਬਿਕਨੀ ਇੱਕ ਬਹੁ ਹੀ ਬੇਹੂਦਾ ਤੇ ਗੈਰ ਮناسب ਜਾਲਿਬਾਸ ਹੁੰਦਾ ਹੈ ਤੇ ਸਾਡੇ ਮੁਲਕ ਤੇ ਸਾਡੇ ਮਾਸਲੇ ਵਿੱਚ ਇੰ ਲਿਬਾਸ ਕੋ ਬਹਿਰ ਤੱਕ ਬਹੁਤ ਦੂਰ ਕੋਈ ਵੀ ਲੜਕੀ ਘਰ ਦੇ ਵਿੱਚ ਵੀ ਇਹ ਕੋ ਨਹੀਂ ਪਾ ਸਕਦੀ ਕਿਉਂਕਿ ਇਹਦੇ ਵਿੱਚ 70 ਬਿਲਕੁਲ ਢੱਕਾ ਨਹੀਂ ਵੇਂਦਾ। ਦੋਸਤੋ ਇਹ ਲਬਾ ਸਿਰਫ ਪ੍ਰਾਈਵੇਟ ਪਾਰਟਸ ਕੋ ਢਕਣ ਕੀਤੇ ਇਸਤੇਮਾਲ ਕੀਤਾ ਵੇਂਦਾ ਹੈ। ਤੇ ਉਹ ਲੜਕੀ ਹੁਣ ਬਿਕਨੀ ਪਾ ਕੇ ਨਮਾਜ਼ ਪੜਦੀ ਪਈ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਥਿੰਦੇ ਹੀ ਕਾਫੀ ਸ਼ੋਰ ਮਚ ਗਿਆ ਹੈ। ਹਰ ਕੋਈ ਇਹ ਵੀਡੀਓ ਤੇ ਕੋਈ ਨਾ ਕੋਈ ਕਮੈਂਟ ਪਾਸ ਕਰੇਂਦਾ ਪਿਆ ਹੈ। ਬਹੁਤ ਸਾਰੇ ਲੋਕਾਂ ਦੇ ਵਿੱਚ ਬਹੁਤ ਸਾਰਾ ਗੁੱਸਾ ਪਾਇਆ ਵੇਂਦਾ ਪਿਆ ਹੈ। ਕਿਉਂਕਿ ਬਾਹਰ ਸਿਰ ਮੁਸਲਮਾਨ ਅਬੇ ਹਿਆਈ ਤੇ ਨਮਾਜ਼ ਨਾਲ ਬਦਫੇਲੀ ਤਾਂ ਕੋਈ ਵੀ ਬਰਦਾਸ਼ਤ ਨਾ ਕਰੇ ਸੀ ਅੱਛਾ ਦੋਸਤੋ ਇਹ ਵਾਕਿਆ ਹੈ ਤੁਰਕੀ ਦਾ ਇਹ ਲੜਕੀ ਜਿੱਥਾ ਖੜੀ ਹੈ ਉਹ ਇੱਕ ਸਾਈਲ ਹੈ ਜੋ ਕਿ ਤੁਰਕੀ ਦੇ ਸ਼ਹਿਰ ਵੋਦਮ ਵਿੱਚ ਵਾਕਿਆ ਹੈ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਲੜਕੀ ਰਕੂ ਵੀ ਕਰੇਂਦੀ ਪਈ ਹੈ ਤੇ ਸਜਦੇ ਵੀ ਕਰੇਂਦੀ ਪਈ ਹੈ ਅਸਤਗਫਿਰੁਲਾ ਇਹ ਤਾਂ ਨਮਾਜ਼ ਦੀ ਤੋਹਫੀਂਦੀ ਪਈ ਹੈ ਅੱਛਾ ਜੀ ਤੁਰਕੀ ਦੀ ਪੁਲਿਸ ਨੇ ਇਹ ਵਾਕਿਆ ਤੇ ਕੀ ਬਿਆਨ ਦਿੱਤਾ उन्होंने न्यू अरब अखबार को दसा है कि ये जड़ी वीडियो है ये तुर्क मुआशरे तुर्क कल्चर ते इस्लाम ते तक हमला है, है। दोस्तों अगर इनकी जगह ते कोई मर्द भी हो अपना तो सत्र ढके बगैर नमाज पढ़े तो है नमाज दोहीन ही करे है ਕਿਉਂਕਿ ਦੋਸਤੋ ਔਰਤ ਤੇ ਮਰਦ ਦੋਹਾਂ ਕਿਤੇ ਲਾਜ਼ਮ ਹੈ ਕਿ ਉਹ ਨਮਾਜ਼ ਪੜ੍ਹਨ ਲਈ ਆਪਣਾ ਸੱਤਰ ਅਚੀ ਤਰ੍ਹਾਂ ਨਾਲ ਢੱਕ ਗਿਨੇ। ਹਰ ਦੋਸਤੋ ਇਹ ਵੀਡੀਓ ਤਾਂ ਕਾਫੀ ਪੁਰਾਣੀ ਹੈ ਪਰ ਪਾਕਿਸਤਾਨ ਵਿੱਚ ਇਹ ਹੁਣ ਵਾਇਰਲ થઈ ਹੈ ਜਿੰਦੀ ਵਜ੍ਹਾ ਤੋਂ ਪਾਕਿਸਤਾਨ ਵਿੱਚ ਕਾਫੀ ਸ਼ੋਰ ਮਚ ਗਿਆ ਹੈ। ਦੋਸਤੋ ਬੇਸ਼ੱਕ ਤੁਰਕੀ ਇੱਕ ਆਜ਼ਾਦ ਮਾਜਰਾ ਹੈ ਉੱਥਾਂ ਦੀ ਔਰਤਾਂ ਛੋਟੇ ਲਿਬਾਸ ਵਿੱਚ ਜਾਂ ਸਕਰਟ ਵਿੱਚ ਜ਼ਰੂਰ ਨਜ਼ਰ ਆਉਂਦੀਆਂ ਹੋਸਨ ਪਰ ਉਹ ਜਿਹੜੇ ਵੇਲੇ ਨਮਾਜ਼ ਪੜ੍ਹਦੀਆਂ ਹਨ ਤਾਂ ਉਹ ਆਪਣੇ ਆਪ ਨੂੰ ਮੁਕੰਮਲ ਤੌਰ ਤੇ ਢੱਕ ਗਿਨਦੀਆਂ ਹਨ। ਦੋਸਤੋ ਕੋਈ ਵੀ ਮਾਜਰਾ ਕਿੰਨਾ ਵੀ ਆਜ਼ਾਦ ਖਿਆਲ ਕਿਉਂ ਪਰ ਨमाज ਦੇ ਬਾਰੇ ਵਿੱਚ ਸਭ ਦੀ ਇੱਕੋ ਹੀ رائے ਹੈ ਯਾਨੀ ਮਰਦ ਤੇ ਔਰਤਾਂ ਆਪਣਾ ਸਤਰ ਢੱਕ ਕੇ ਨमाज ਪੜਦੇ ਹਨ ਦੋਸਤੋ ਇਹ ਵੀਡੀਓ ਤੇ ਕਮੈਂਟ ਕਰਕੇ ਸਾਖੂ ਜ਼ਰੂਰ ਦੱਸਾਇ ਕਿ ਤੁਹਾਡਾ ਇਹ ਵੀਡੀਓ ਦੇ ਬਾਰੇ ਵਿੱਚ ਕੀ ਖਿਆਲ ਹੈ